ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਤੇ ਦੋਸਤੋ, ਅੱਜ ਤੁਹਾਡੇ ਲਈ ਐਡਵਰਟਾਈਜ਼ਮੈਂਟ ਲੈ ਕੇ ਆਇਆ ਜੀ ਵਾਟਰ ਸਪਲਾਈ ਡਿਪਾਰਟਮੈਂਟ ਵੱਲੋਂ। ਵਾਟਰ ਸਪਲਾਈ ਡਿਪਾਰਟਮੈਂਟ ਦੇ ਵਿੱਚ ਵਾਟਰ ਕੁਆਲਿਟੀ ਲੈਬੋਰਟਰੀ ਇਨਫਰਾਸਟ੍ਰਕਚਰ ਦੇ ਵਿੱਚ ਇਹ ਹੈ ਜੀ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਅੰਡਰ। ਇਹਦੇ ਵਿੱਚ ਪਿਓਰਲੀ ਕੰਟਰੈਕਟ ਬੇਸਿਸ ਤੇ ਭਰਤੀ ਆਈ ਹੈ ਦੋਸਤੋ। ਇਨੀਸ਼ੀਅਲੀ 1 ਸਾਲ ਦੇ ਰੱਖੇ ਜਾਣੇ ਤੇ ਐਕਸਟੈਂਡੇਬਲ ਕੰਟਰੈਕਟ ਹੈ। ਤੁਹਾਡੀ ਜੋ ਵੀ ਪਰਫਾਰਮੈਂਸ ਹੋਗੀ ਉਸ ਆਧਾਰ ਤੇ ਤੁਹਾਡਾ ਕੰਟਰੈਕਟ ਜਿਹੜਾ ਐਕਸਟੈਂਡ ਕੀਤਾ ਜਾਏਗਾ। ਤੇ ਕਿੱਥੇ ਕਿੱਥੇ ਰੱਖਣੇ ਆ ਤੇ ਕੀ ਕੀ ਪੋਸਟਾਂ, ਇਹ ਵੀ ਜਾਣਕਾਰੀ ਮਿਲੇਗੀ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਜਿਨ੍ਹਾਂ ਜਿਹੜੇ ਇਹ ਪੋਸਟਾਂ ਦੇ ਵਿੱਚ ਐਲੀਜੀਬਲ ਹੋਣਗੇ। ਪੋਸਟਾਂ ਹੈਗੀਆਂ ਜੀ ਸੀਨੀਅਰ ਕੈਮਿਸਟ, ਕੈਮਿਸਟ ਤੇ ਮਾਈਕਰੋਬਾਇਓਲੋਜਿਸਟ ਦੀ, ਠੀਕ ਹੈ ਜੀ। 3 ਤਰ੍ਹਾਂ ਦੀਆਂ ਪੋਸਟਾਂ ਅਤੇ ਇਹਦੇ ਵਿੱਚ ਜਿਹੜੀ ਕੰਸੋਲੀਡੇਟਡ ਸੈਲਰੀ ਮਿਲਣੀ ਆ, ਉੱਕੀ ਪੁੱਕੀ ਤਨਖਾਹ ਮਿਲਣੀ ਹੈ। ਸੀਨੀਅਰ ਕੈਮਿਸਟ ਨੂੰ 56,000, ਕੈਮਿਸਟ ਨੂੰ 48,000 ਅਤੇ ਮਾਈਕਰੋਬਾਇਓਲੋਜਿਸਟ ਨੂੰ 48,000 ਮਿਲਣੀ ਹੈ ਪਰ ਮੰਥ, ਠੀਕ ਹੈ ਜੀ। ਅਤੇ ਇਹਦੇ ਵਿੱਚ ਦੋਸਤੋ ਪਹਿਲਾਂ ਸਰਕਲ ਆਫਿਸ ਦਿੱਤੇ ਗਏ ਨੇ, ਸਰਕਲ ਆਫਿਸ ਤੋਂ ਬਾਅਦ ਲੈਬੋਰੇਟਰੀਜ਼ ਦਿੱਤੀਆਂ ਗਈਆਂ ਨੇ, ਕਿਹੜੇ ਸਰਕਲ ਆਫਿਸ ਦੇ ਵਿੱਚ ਕਿਹੜੀ ਲੈਬੋਰੇਟਰੀ ਆ, ਤਾਂ ਇਹ ਤੁਸੀਂ ਚੈੱਕ ਕਰ ਲੈਣਾ। ਅਤੇ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਕਿ ਇਹਦੇ ਵਿੱਚ ਜਿਵੇਂ ਸਰਕਲ ਆਫਿਸ ਆ ਜੀ ਚੰਡੀਗੜ੍ਹ, ਇਹਦੇ ਵਿੱਚ ਲੈਬੋਰੇਟਰੀ ਆ ਸਟੇਟ ਲੈਬੋਰੇਟਰੀ SAS ਨਗਰ, ਅਤੇ ਇਹਦੇ ਵਿੱਚ ਸਿਰਫ 2 ਪੋਸਟਾਂ ਕੈਮਿਸਟ ਦੀਆਂ। ਨੈਕਸਟ ਦੋਸਤੋ ਸੰਗਰੂਰ ਦੀ ਹੈ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬ ਸੰਗਰੂਰ, ਜਿਹਦੇ ਵਿੱਚ 1 ਸੀਨੀਅਰ ਕੈਮਿਸਟ ਅਤੇ 1 ਪੋਸਟ ਕੈਮਿਸਟ ਦੀ ਹੈ। ਅੱਗੇ ਆ ਦੋਸਤੋ ਹਾਈਟੈਕ ਮਲਟੀ ਡਿਸਟ੍ਰਿਕਟ ਲੈਬੋਰੇਟਰੀ ਅੰਮ੍ਰਿਤਸਰ, ਇਹਦੇ ਵਿੱਚ 1 ਪੋਸਟ ਕੈਮਿਸਟ ਦੀ ਆ। ਨੈਕਸਟ ਦੋਸਤੋ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬ ਹੁਸ਼ਿਆਰਪੁਰ, ਇਹਦੇ ਵਿੱਚ 1 ਸੀਨੀਅਰ ਕੈਮਿਸਟ ਅਤੇ 2 ਕੈਮਿਸਟ ਦੀਆਂ ਪੋਸਟਾਂ। ਅਤੇ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬ ਮੋਗਾ, ਇਹਦੇ ਵਿੱਚ 1 ਸੀਨੀਅਰ ਕੈਮਿਸਟ, 1 ਕੈਮਿਸਟ ਅਤੇ 1 ਮਾਈਕਰੋਬਾਇਓਲੋਜਿਸਟ ਦਾ। ਜੇ ਟੋਟਲ ਗੱਲ ਕਰੀਏ ਤਾਂ 3 ਪੋਸਟਾਂ ਸੀਨੀਅਰ ਕੈਮਿਸਟ ਦੀਆਂ ਨੇ, 7 ਪੋਸਟਾਂ ਕੈਮਿਸਟ ਦੀਆਂ ਨੇ ਅਤੇ 1 ਪੋਸਟ ਮਾਈਕਰੋਬਾਇਓਲੋਜਿਸਟ ਦੀ ਆ, ਠੀਕ ਹੈ ਜੀ। ਅਤੇ ਇਹਦੇ ਲਈ ਦੋਸਤੋ ਤੁਸੀਂ, ਇਹਨਾਂ ਨੇ ਕਿਹਾ ਕਿ ਜੇ ਕੋਈ ਕੈਂਡੀਡੇਟ 1 ਤੋਂ ਵੱਧ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦਾ, ਭਾਵ ਕਿ 1 ਤੋਂ ਜ਼ਿਆਦਾ ਜਗ੍ਹਾ 'ਤੇ ਅਪਲਾਈ ਕਰਨਾ ਚਾਹੁੰਦਾ, ਤਾਂ ਉਹਨੂੰ ਸੈਪਰੇਟਲੀ ਅਪਲਾਈ ਕਰਨਾ ਪਵੇਗਾ, ਭਾਵ ਕਿ ਅਲੱਗ ਅਲੱਗ ਫੋਰਮ ਭਰਨਾ ਪਵੇਗਾ ਉਹਨੂੰ। ਅਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੈਂਡੀਡੇਟ ਆਪਣੀ ਪ੍ਰੈਫਰੈਂਸ ਦੇ ਸਕਦਾ, ਮੈਕਸੀਮਮ 2 ਲੋਕੇਸ਼ਨਸ ਦੀ ਪ੍ਰੈਫਰੈਂਸ ਦੇ ਸਕਦੇ ਹੋ ਤੁਸੀਂ, ਜਿਵੇਂ ਮੋਗਾ ਜਾਂ ਹੁਸ਼ਿਆਰਪੁਰ, ਤਾਂ ਤੁਸੀਂ 2 ਜਗ੍ਹਾ 'ਤੇ ਹੀ ਤੁਹਾਨੂੰ ਅਪਲਾਈ ਕਰਨ ਦਾ ਫਾਇਦਾ, ਕਿਉਂਕਿ ਜਿਹਨਾਂ ਨੇ 2 ਜਗ੍ਹਾ ਦੀ ਪ੍ਰੈਫਰੈਂਸ ਮੰਗੀ ਆ। ਅਤੇ ਇਸ ਤੋਂ ਬਾਅਦ ਦੋਸਤੋ ਜਿਹੜੀ ਫਾਈਨਲ ਪੋਸਟਿੰਗ ਆ ਉਹ ਤੁਹਾਡੀ ਪ੍ਰੈਫਰੈਂਸ ਦੇ ਆਧਾਰ 'ਤੇ ਅਤੇ ਮੈਰਿਟ ਦੇ ਆਧਾਰ 'ਤੇ ਹੋਏਗੀ, ਜੋ ਵੀ ਤੁਹਾਡਾ ਟੈਸਟ ਵਗੈਰਾ ਲਿਆ ਜਾਏਗਾ। ਅਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ 1 ਸਕਰੀਨਿੰਗ ਟੈਸਟ ਹੋਣਾ ਫੋਰ ਈਚ ਪੋਸਟ, ਠੀਕ ਆ ਜੀ। ਅਤੇ ਇਹ ਹੋਣਾ, ਇਹ ਤਾਂ ਹੋਣਾ ਤੁਹਾਡਾ ਸਕਰੀਨਿੰਗ ਟੈਸਟ ਤਾਂ ਕਿ ਤੁਹਾਨੂੰ ਸ਼ਾਰਟਲਿਸਟ ਕੀਤਾ ਜਾ ਸਕੇ। ਅਤੇ ਸ਼ਾਰਟਲਿਸਟ ਕਿਵੇਂ ਕੀਤਾ ਜਾਏਗਾ, ਕਿ ਜਿੰਨੀਆਂ ਪੋਸਟਾਂ ਦੇ 5 ਗੁਣਾ ਕੈਂਡੀਡੇਟ ਸ਼ਾਰਟਲਿਸਟ ਕੀਤੇ ਜਾਣਗੇ, ਜੇ 5 ਪੋਸਟਾਂ ਤਾਂ 25 ਕੈਂਡੀਡੇਟ ਆ ਜਿਹੜੇ ਇਹਦੇ ਸ਼ਾਰਟਲਿਸਟ ਕੀਤੇ ਜਾਣਗੇ। ਅਤੇ ਨੈਕਸਟ ਦੋਸਤੋ ਦਾ ਸ਼ਾਰਟਲਿਸਟਡ ਕੈਂਡੀਡੇਟਸ ਵਿਲ ਬੀ ਰਿਕੁਆਇਰਡ ਟੂ ਅਪੀਅਰ ਇਨ ਐਨ ਇੰਟਰਵਿਊ ਐਟ ਰਿਸਪੈਕਟਿਵ ਸਰਕਲ ਹੈੱਡਕੁਆਟਰ। ਸ਼ਾਰਟਲਿਸਟ ਹੋਣ ਤੋਂ ਬਾਅਦ ਤੁਹਾਡਾ ਇੰਟਰਵਿਊ ਹੋਏਗਾ, ਜੋ ਵੀ ਤੁਹਾਡਾ ਸਰਕਲ ਆਫਿਸ ਹੋਏਗਾ, ਠੀਕ ਹੈ। ਸਰਕਲ ਆਫਿਸ ਤੋਂ ਭਾਵ ਕਿ ਜ਼ਿਲ੍ਹੇ ਦਾ ਦਫ਼ਤਰ ਹੋਏਗਾ, ਜਿਹੜਾ SC ਦਫ਼ਤਰ ਕਹਿ ਦਿੰਦੇ ਹਾਂ ਜਿਹਨੂੰ। ਅਤੇ ਦੀਜ਼ ਪੋਸਟਸ ਆਰ ਨੋਨ ਟ੍ਰਾਂਸਫਰੇਬਲ, ਤੁਹਾਡੀ ਟ੍ਰਾਂਸਫਰ ਨਹੀਂ ਹੋ ਸਕੇਗੀ ਜੇਕਰ ਤੁਸੀਂ 1 ਵਾਰ ਪੋਸਟਡ ਹੋ ਜਾਂਦੇ ਤਾਂ। ਇਹ ਬੜੇ ਧਿਆਨ ਨਾਲ ਤੁਸੀਂ ਦੇਖਣਾ। ਅਤੇ ਉਸ ਤੋਂ ਬਾਅਦ ਜੋ ਦੋਸਤੋ ਇਹਦੀ ਜੋਬ ਪ੍ਰੋਫਾਈਲ ਆ, ਕੁਆਲੀਫਿਕੇਸ਼ਨ ਐਕਸਪੀਰੀਅੰਸ ਜਾਂ ਹੋਰ ਵੀ ਕੰਡੀਸ਼ਨਸ ਨੇ ਜਾਂ ਕੋਈ ਐਪਲੀਕੇਸ਼ਨ ਫਾਰਮ ਆ, ਇਹਨਾਂ ਦੀ ਵੈਬਸਾਈਟ 'ਤੇ ਮਿਲੇਗਾ। ਵੈਬਸਾਈਟ ਆ ਜੀ www.dwss.punjab.gov.in। ਅਤੇ ਸਰਕਾਰੀ ਮਹਿਕਮਾ ਦੋਸਤੋ, ਅਤੇ ਕੰਟਰੈਕਟ ਬੇਸਿਸ 'ਤੇ ਤੁਹਾਡਾ ਡਾਇਰੈਕਟ ਕੰਟਰੈਕਟ ਸਰਕਾਰ ਨਾਲ ਹੋਏਗਾ, ਅਤੇ ਪੱਕੇ ਹੋਣ ਦੇ ਵੀ ਤੁਹਾਡੇ ਅੱਗੇ ਚਾਂਸਸ ਹੋਣਗੇ। ਇਹ ਤੁਸੀਂ 25/5/21 ਤੋਂ ਇਹਦੇ ਫਾਰਮ ਭਰ ਸਕਦੇ ਹੋ। ਅਤੇ ਇਹਦੀ ਲਾਸਟ ਡੇਟ ਜਿਹੜੀ ਦੱਸੀ ਆ 15/6/21 ਤੱਕ ਦੱਸੀ ਆ, ਅਤੇ ਲਿੰਕ ਵੀ ਦਿੱਤਾ ਇੱਥੇ ਜਿੱਥੇ ਤੁਸੀਂ ਫਾਰਮ ਭਰਨਾ। ਤੁਹਾਨੂੰ ਇਹ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ, ਉੱਥੋਂ ਜਾ ਕੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਅਤੇ ਇਹਦੇ ਲਈ ਦੋਸਤੋ ਸਿਰਫ ਔਨਲਾਈਨ ਐਪਲੀਕੇਸ਼ਨ ਹੀ ਫਾਰਮ ਭਰੇ ਜਾਣਗੇ, ਕੋਈ ਆਫਲਾਈਨ ਨਹੀਂ ਹੋਏਗਾ, ਨਾ ਕੋਈ ਈਮੇਲ ਦੇ ਥਰੂ ਹੋਏਗਾ। ਔਨਲਾਈਨ ਇਹਨਾਂ ਦੀ ਵੈਬਸਾਈਟ ਦੇ ਉੱਤੇ ਭਰੇ ਜਾਣਗੇ। ਅਤੇ ਕੋਈ ਵੀ ਹੋਰ ਫਰਦਰ ਇਹਦੀ ਜਾਣਕਾਰੀ ਆਉਂਦੀ ਆ ਉਹ ਤੁਸੀਂ ਇਹਨਾਂ ਦੀ ਵੈਬਸਾਈਟ ਸਮੇਂ ਸਮੇਂ 'ਤੇ ਚੈੱਕ ਕਰਦੇ ਰਹਿਣਾ। ਵੈਬਸਾਈਟ ਦਾ ਵੀ ਲਿੰਕ ਦੇ ਦਾਂਗੇ ਜਿੱਥੇ ਤੁਹਾਨੂੰ ਤਮਾਮ ਜਾਣਕਾਰੀਆਂ ਮਿਲਣਗੀਆਂ। ਅਤੇ ਹਾਲੇ ਤੱਕ ਲਿੰਕ ਐਕਟਿਵ ਨਹੀਂ ਹੋਇਆ ਜਦੋਂ ਤੱਕ ਅਸੀਂ ਵੀਡੀਓ ਬਣਾ ਰਹੇ ਹਾਂ, ਅਤੇ ਜਦੋਂ ਵੀ ਲਿੰਕ ਐਕਟਿਵ ਹੁੰਦਾ ਹੋ ਤਾਂ ਜਾਏਗਾ ਜੀ, ਜਦੋਂ ਵੀ ਐਕਟਿਵ ਹੋ ਗਿਆ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਜਿੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ ਡਿਸਕ੍ਰਿਪਸ਼ਨ ਚੈੱਕ ਜ਼ਰੂਰ ਕਰ ਲੈਣੀ ਆ ਵੀਡੀਓ ਦੀ ਜਦੋਂ ਵੀ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਆ। ਅਤੇ 15/6/21 ਤੱਕ ਅਪਲਾਈ ਕਰੋ, ਅਤੇ ਜਦੋਂ ਵੀ ਇਹਦੀ ਕੁਆਲੀਫਿਕੇਸ਼ਨ ਵਗੈਰਾ ਆਉਂਦੀ ਆ ਇੱਕ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆ ਜਾਵਾਂਗੇ। ਉਦੋਂ ਤੱਕ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।